ਏਵਨ ਪੰਜਾਬੀ ਦੀਆਂ ਖਰੀਆਂ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਦੋਸਤ ਸੋਮ ਸੋਤਾ। ਫਰੀਦਕੋਟ ਦੇ ਪਿੰਡ ਗੋਲੇਵਾਲ ਤੋਂ ਖਬਰ ਆ ਰਹੀ ਹੈ ਜਿੱਥੇ ਇੱਕ ਕਿਸਾਨ ਨੇ ਆਤਮ ਹੱਤਿਆ ਕਰ ਲਈ, ਮਤਲਬ ਨਹਿਰ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ। ਅਸਲ ਵਿੱਚ ਮਾਮਲਾ ਕੀ ਸੀ ਕਿ ਇਸ ਕਿਸਾਨ ਦੇ ਸਿਰ 30 ਲੱਖ ਰੁਪਏ ਦਾ ਕਰਜ਼ਾ ਸੀ, ਲੇਕਿਨ ਕਰਜ਼ਾ ਨਾ ਦੇਣ ਦੀ ਸੂਰਤ ਵਿੱਚ ਉਸਨੂੰ ਇਹ ਕਦਮ ਚੱਕਣਾ ਪਿਆ। ਅਤੇ ਦੋਸਤੋ, ਮ੍ਰਿਤਕ ਦੇ ਭਰਾ ਨੇ ਕੀ ਕਿਹਾ, ਆਓ ਸੁਣਦੇ ਹਾਂ। ਅਤੇ ਕਹਿੰਦਾ ਪਲਾਟ ਵਿੱਚ ਪਾਇਆ ਸੀਗਾ ਜੀ, 8 ਮਰਲੇ ਦਾ, 6 ਲੱਖ ਸੀ। ਅਤੇ ਕਹਿੰਦਾ ਫਿਰ ਮੈਂ ਦਲਾਲ ਨਾਲ ਗੱਲ ਕਰ ਲਾਂ, ਐਂ ਕਰਕੇ ਮੋਬਾਇਲ ਗੱਡੀ ਮਾੜੀ ਕੱਢ ਕੇ, ਅਤੇ ਕਹਿੰਦਾ ਮੈਂ ਮੁੜ ਕੇ ਇੱਧਰ ਨਹਿਰ ਕਨੀ ਭੱਜ ਪਿਆ। ਤੁਸੀਂ ਨਾਲ ਸੀਗੇ? ਹਾਂ, ਨਾਲ ਸੀਗਾ ਜੀ। ਕੋਈ ਇਹਨਾਂ ਦੇ ਕੋਈ ਕਰਜ਼ਾ ਵੀ ਸੀਗਾ? ਕਰਜ਼ਾ ਸੀਗਾ ਜੀ। ਕਿੰਨਾ ਕਰਜ਼ਾ? 30 ਕੁ ਲੱਖ ਦੇ ਨੇੜੇ ਸੀਗਾ ਜੀ। ਬੈਂਕ ਆੜਤੀਆਂ ਦਾ ਸੀਗਾ ਜੀ, 12-13 ਲੱਖ ਆੜਤੀਆਂ ਦਾ ਸੀਗਾ ਜੀ। ਅਤੇ ਤੁਹਾਨੂੰ ਕੀ ਲੱਗਦਾ ਕਿਉਂ ਇਹਨਾਂ ਨੇ ਛਾਲ ਮਾਰੀ? ਉਹ ਕਰਜ਼ੇ 'ਚ ਤੰਗ ਆ ਕੇ ਜੀ ਮਾਰੀ। ਦੋਸਤੋ, ਬਿਲਕੁਲ ਜੀ, ਕੁਛ 18 ਮਾਰਚ ਨੂੰ ਉਹਨਾਂ ਦੇ ਬੇਟੇ ਦੀ ਸ਼ਾਦੀ ਸੀ, ਲੇਕਿਨ ਇਸ ਉਮਰ ਦੇ ਵਿੱਚ 30 ਲੱਖ ਰੁਪਏ ਦਾ ਕਰਜ਼ਾ, ਕੁਛ ਆੜਤੀਆਂ ਦਾ ਅਤੇ ਕੁਛ ਬੈਂਕਾਂ ਦਾ। ਪਰ ਦੋਸਤੋ, ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਆਖਰ ਇੰਨਾ ਕਰਜ਼ਾ ਸਿਰ ਕਿਉਂ ਚੜ੍ਹਦਾ? ਵਿੱਤ ਤੋਂ ਵੱਧ ਜਦੋਂ ਵੀ ਆਪਾਂ ਕਰਜ਼ਾ ਲਵਾਂਗੇ, ਆਪਾਂ ਪਰੇਸ਼ਾਨ ਹੋਵਾਂਗੇ ਹੀ ਹੋਵਾਂਗੇ। ਔਰ ਇਸ ਮੌਕੇ 'ਤੇ ਪੁਲਿਸ ਆਫਿਸਰ ਨੇ ਕੀ ਕਿਹਾ, ਉਹ ਵੀ ਸੁਣਦੇ ਹਾਂ। ਇੱਥੇ ਆਪਣੇ ਭਰਾਵਾਂ ਦੇ ਸਮੇਤ ਇੱਧਰ ਨੂੰ ਆ ਰਿਹਾ ਸੀਗਾ, ਅਤੇ ਉਸ ਤੋਂ ਬਾਅਦ ਉਹਨੇ ਇੱਥੇ ਨਹਿਰ ਦੇ ਵਿੱਚ ਆ ਕੇ ਸੁਸਾਈਡ ਕਰ ਲਿਆ। ਬਿਲਕੁਲ ਜੀ, ਸਾਰੇ ਆਪਣੀਆਂ ਡਿਊਟੀਆਂ ਕਰ ਰਹੇ ਆ, ਲੇਕਿਨ ਗਿਆ ਇਨਸਾਨ ਕਦੇ ਵੀ ਹੱਥ ਨਹੀਂ ਆਉਂਦਾ। ਕਰਜ਼ਾ ਤਾਂ ਉੱਤਰ ਹੀ ਜਾਂਦਾ ਹੈ, ਲੇਕਿਨ ਸਰਕਾਰਾਂ ਵੀ ਵਾਅਦੇ ਕਰ ਰਹੀਆਂ ਕਿ ਹਰ ਕਿਸਾਨ ਦਾ ਕਰਜ਼ਾ ਮਾਫ਼ ਕੀਤਾ ਜਾਏਗਾ। ਲੇਕਿਨ ਮੈਂ ਤਾਂ ਇਹ ਜ਼ਰੂਰ ਦੁਆ ਕਰਦਾ ਇਹਨਾਂ ਦੇ ਪਰਿਵਾਰ ਨੂੰ ਸਪੋਰਟ ਵੱਧ ਤੋਂ ਵੱਧ ਦੇਣੀ ਚਾਹੀਦੀ ਹੈ।